ਯੂਕੇ ਵਿੱਚ ਕੋਵਿਡ ਮਹਾਮਾਰੀ ਦੇ ਇਲਾਜ ਲਈ ਫਰੰਟ ਲਾਈਨ ਤੇ ਪਿਛਲੇ 40 ਦਿਨਾਂ ਤੋਂ ਸੇਵਾ ਨਿਭਾ ਰਹੇ ਸਿੱਖ ਡਾਕਟਰ ਨੂੰ ਮਹਿਜ਼ ਇਸ ਲਈ ਬੈਕਫੁੱਟ ਤੇ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਦਾੜੀ ਕੇਸ ਰੱਖੇ ਹੋਏ ਸੀ ਜੋ ਮਾਸਕ ਉਹਨਾਂ ਨੂੰ ਪਹਿਨਣ ਲਈ ਹਸਪੀਟਲ ਵੱਲੋਂ ਦਿੱਤੇ ਗਏ ਉਸ ਦਾੜੀ ਅਤੇ ਕੇਸ ਹੋਣ ਦੀ ਵਜ੍ਹਾ ਨਾਲ ਉਹਨਾਂ ਤੇ ਫਿੱਟ ਨਹੀਂ ਬੈਠਦੇ ਸੀ ਇਸ ਲਈ ਸਿੱਖ ਡਾਕਟਰ ਨੂੰ ਆਪਣੀ ਦਾੜੀ ਕਟਵਾਉਣ ਜਾਂ ਉਹਨਾਂ ਨੂੰ ਫਰੰਟ ਲਾਈਨ ਤੋਂ ਹਟਾ ਹੋਰ ਵਾਰਡ ਵਿੱਚ ਡਿਊਟੀ ਲਾਉਣ ਦਾ ਫਰਮਾਨ ਸੁਣਾ ਦਿੱਤਾ ਗਿਆ ਯੂਕੇ ਸਿੱਖ ਡਾਕਟਰ ਐਸੋਸੀਏਸ਼ਨ ਹੁਣ ਇਹਨਾਂ ਦੇ ਹੱਕ ਵਿੱਚ ਨਿਤਰੀ ਹੈ ਵੈਸਟ ਮਿਡਲੈਂਡ ਵਿੱਚ ਸੇਵਾਵਾਂ ਦੇ ਰਹੇ ਇੱਕ ਡਾਕਟਰ ਜਸਵਿੰਦਰ ਪਾਲ ਸਿੰਘ ਹੁਰਾ ਨੇ ਇੱਕ ਵੀਡੀਓ ਜਾਰੀ ਕਰ ਇਸ ਪੂਰੇ ਮਸਲੇ ਤੇ ਆਪਣਾ ਪੱਖ ਰੱਖਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਕੋਵਿਡ ਮਹਾਂਮਾਰੀ ਨਾਲ ਲੜੇਟਣ ਲਈ ਦੋ ਤਰ੍ਹਾਂ ਦੇ ਮਾਸਕ ਯੂਜ਼ ਹੋ ਰਹੇ ਹਨ ਡਾਕਟਰੀ ਸਟਾਫ ਇਹ ਵਰਤਦਾ ਹੈ ਪਹਿਲੀ ਕਿਸਮ ਸਟੈਂਡਰਡ ਮਾਸਕ ਦੀ ਹੈ ਇਹ ਪਾਉਣ ਵਿੱਚ ਲੂਜ਼ ਫਿਟਿੰਗ ਦਾ ਹੁੰਦਾ ਹੈ ਇਸ ਨੂੰ ਪਾਉਣ ਵੇਲੇ ਕੋਈ ਦਿੱਕਤ ਨਹੀਂ ਆਉਂਦੀ ਕੋਈ ਵੀ ਪਾ ਸਕਦਾ ਹੈ ਜਦਕਿ ਦੂਜੀ ਕਿਸਮ ਦੇ ਮਾਸਕ ਪੀਪੀਆਰ ਜੋ ਹੁਣ ਦਿੱਤੇ ਜਾ ਰਹੇ ਹਨ ਉਹਨਾਂ ਨੂੰ ਪਾਉਣ ਲਈ ਦਾੜੀ ਹਟਾਉਣੀ ਪੈਂਦੀ ਹੈ ਕਿਉਂਕਿ ਇਹ ਬੜੀ ਟਾਈਟ ਫਿਟਿੰਗ ਦੇ ਹੁੰ ਪਰ ਸਿੱਖ ਡਾਕਟਰ ਜਾਂ ਹੈਲਥ ਵਰਕਰ ਅਜਿਆ ਹਰਗिज ਨਹੀਂ ਕਰ ਸਕਦੇ ਦਾੜੀ ਕੇਸ ਉਹਨਾਂ ਦੀ ਸਿੱਖੀ ਰਹਿਤ ਮਰਿਆਦਾ ਅਨੁਸਾਰ ਹੈ ਅਤੇ ਉਹਨਾਂ ਨੂੰ ਹਰਗिज ਵੀ ਕਟਵਾ ਨਹੀਂ ਸਕਦੇ ਹਾਲਾਂਕਿ ਕੋਵਿਡ 에ਅਰ ਪਿਊਰੀਫਾਇਰ ਮਾਸਕ ਜ਼ਰੀਏ ਇਸ ਸਮੱਸਿਆ ਦਾ ਹੱਲ ਹੈ ਡਾਕਟਰ ਸਟਾਫ ਬਿਨਾਂ ਦਾੜੀ ਕਟਵਾਏ ਇਹ ਪਹਿਨ ਸਕਦੇ ਹਨ ਇਹ ਸੇਫ ਵੀ ਹਨ ਜੋਸਨ ਸੇ ਕੋਵਿਡ ਦੇ ਫਰੰਟ ਲਾਈਨ ਤੇ ਕੰਮ ਕਰਦੇ ਡਾਕਟਰ ਸਟਾਫ ਨੂੰ ਲੈ ਕੇ ਉੱਠੇ ਸਨ ਉਸ ਦਰਮਿਆਨ ਸੁਰੱਖਿਅਤ ਹਨ ਇਸ ਦੇ ਪੌਣ ਨਾਲ ਕੋਈ ਦਿੱਕਤ ਨਹੀਂ ਆਉਂਦੀ ਨਾਲ ਹੀ ਸਵੇਰੇ ਤੇ ਪਾਇਆ ਜਾ ਸਕਦਾ ਹੈ ਉਹਨਾਂ ਨੇ ਇਹ ਕਿਹਾ ਕਿ ਯੂਕੇ ਸਿੱਖ ਡਾਕਟਰ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਜੇਕਰ ਕਿਸੇ ਵੀ ਸਿੱਖ ਡਾਕਟਰ ਨੂੰ ਕੋਈ ਦਿੱਕਤ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਯੂਕੇ ਸਿੱਖ ਡਾਕਟਰ ਐਸੋਸੀਏਸ਼ਨ ਉਹਨਾਂ ਦੀ ਪੂਰੀ ਤਰ੍ਹਾਂ ਮਦਦ ਕਰੇਗੀ ਹੈਲੋ ਆਈ ਐਮ ਡਾਕਟਰ ਜਸਦੀਪਾਲ ਸਿੰਘ ਐਂਡ ਆਈ ਐਮ ਜੀਪੀ ਪ੍ਰੈਕਟਿਸਿੰਗ ਇਨ ਵੈਸਟ ਮਿਲਟਨ I am representing UK Sick Doctors and Dentists Association. In the current COVID-19 situation there has been issue regarding facial beard and appropriate masks for frontline healthcare workers. There are two types of masks which are used for prevention of COVID-19 transmission. Number 1 standard fluid repellent masks which are loose fitting and there is no issue regarding these. Number two, FFP3 tight-fitting masks used in aerosol generating procedures. There is requirement to shave beard to fit these masks. That is where the issue is for frontline sick healthcare workers. As for a practicing sick, keeping beard is part of sick code of conduct. By all NHS employer, if a practicing sick is working in aerosol generating environment, they should be provided a choice for alternate PAPR or powered air purifying respirator or PAPR masks. Or they should be given a choice to work in an alternate non aerosol generating environment to provide the best practice with the safest possible equipment. There should be no reason that a sick health care worker has to cut their hair or shave their beard. Just for the reason that PAPR is not available. Please contact UK Sick Doctors and Dentists Association at www.sdda.org.uk if you need any support and advice. Thank you. ਜ਼ਿਕਰ ਖਾਸ ਹੈ ਕਿ ਸਿੱਖ ਡਾਕਟਰਜ਼ ਨੂੰ ਇਹ ਮਾਸਕ ਫਿੱਟ ਨਾ ਆਉਣ ਤੇ ਯੂਕੇ ਵਿੱਚ ਦਾੜੀ ਕਟਵਾਉਣ ਦਾ ਫਰਮਾਨ ਸੁਣਾਇਆ ਗਿਆ ਤਾਂ ਜੋ ਮਾਸਕ ਫਿੱਟਾ ਸਕੇ ਇਸ ਫੈਸਲੇ ਨੂੰ ਲੈ ਕੇ ਯੂਕੇ ਦੇ ਪੰਜ ਸਿੱਖ ਡਾਕਟਰ ਵੱਲੋਂ ਚੁਣੌਤੀ ਦਿੱਤੀ ਗਈ ਜਿਹੜਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਇਹ ਵੀ ਮਨਜ਼ੂਰ ਨਹੀਂ ਕਿ ਸਿਰਫ ਇਸ ਦੀ ਵਜ੍ਹਾ ਨਾਲ ਉਹਨਾਂ ਦੀ ਡਿਊਟੀ ਕਿਤੇ ਹੋਰ ਘੱਟ ਅਹਿਮੀਅਤ ਵਾਲੇ ਕੰਮ ਵਿੱਚ ਲਗਾ ਦਿੱਤੀ ਜਾਵੇ ਇਹ ਆਪਣੇ ਆਪ ਵਿੱਚ ਅਫਸੋਸਨਾਕ ਵਰਤਾਰਾ ਹੈ ਇਸ ਸਿੱਖ ਡਾਕਟਰ ਇਸ ਵੇਲੇ ਫਰੰਟਲਾਈਨ ਤੇ ਆਪਣਾ ਫਰਜ਼ ਨਿਭਾਉਣਾ ਚਾਹੁੰਦੇ ਹਨ ਪਰ ਉਹਨਾਂ ਲਈ ਆਪਣਾ ਧਰਮ ਵੀ ਸਭ ਤੋਂ ਪਹਿਲਾ ਹੈ ਹਾਲਾਂਕਿ ਕੈਨੇਡਾ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣ ਤੇ ਸਾਹਮਣੇ ਦੋ ਵਿਕਲਪ ਦਿੱਤੇ ਗਏ ਕਿ ਜਾਂ ਤਾਂ ਆਪਣੀ ਦਾੜੀ ਕਤਲ ਕਰਵਾ ਲੈਣ ਜਾਂ ਫਿਰ ਉਹਨਾਂ ਦੀ ਡਿਊਟੀ ਫਰੰਟ ਲਾਈਨ ਤੋਂ ਹਟਾ ਦਿੱਤੀ ਜਾਵੇਗੀ ਹਾਲਾਂਕਿ ਸੁਰੂਜਾ ਪ੍ਰਾਵਾ ਨੇ ਮਰੁਗਤਰੀ ਸੇਵਾ ਨੂੰ ਤਵੱਜੂ ਰਹੀ ਸੀ ਅਡਾੜੀ ਕਟਵਾ ਲਈ ਸੀ ਪਰ ਯੂਕੇ ਦੇ ਸਿੱਖ ਆਪਣੀਆਂ ਸਿੱਖੀ ਕਦਰਾਂ ਕੀਮਤਾਂ ਦੇ ਅੜੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਜਰੂਰ ਉਹਨਾਂ ਕੋਲ 마ਸਕ ਦਾ ਬਦਲ ਹੈ ਤਾਂ ਫਿਰ ਉਹਨਾਂ ਨੂੰ ਉਹੀ 마ਸਕ ਪਾਉਣ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ